ਮੈਂ ਸੁਰਿੰਦਰ ਡੱਲਾ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਵੱਲੋਂ ਲਗਾਤਾਰ ਇੱਕ ਨਵਾਂ ਪ੍ਰੋਗਰਾਮ ਵਿਖਾਇਆ ਜਾ ਰਿਹਾ ਜਿਸ ਵਿੱਚ ਅਸੀਂ ਹਰ ਰੋਜ਼ ਦੇ ਪੰਜਾਬ ਦੇ ਅਤੇ ਦਿੱਲੀ ਵਿੱਚ ਪੰਜਾਬ ਨਾਲ ਸੰਬੰਧਿਤ ਲੀਡਰਾਂ ਦੇ ਵੱਡੇ ਵੱਡੇ ਬਿਆਨ ਨਸ਼ਰ ਕਰਦੇ ਹਾਂ। ਅੱਜ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਮੁੱਖ ਲੀਡਰਾਂ ਨੇ ਕਿਹੜੇ ਕਿਹੜੇ ਮੁੱਖ ਬਿਆਨ ਦਿੱਤੇ। ਸਾਰੀਆਂ ਪੋਲੀਟੀਕਲ ਧਿਰਾਂ ਨੂੰ ਸ਼ਾਮਿਲ ਕਰਨ ਦੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ। ਜਵਾਇਨ ਕਰਨੇ ਕੇ ਕਾਰਨ ਹੈ ਨਰਿੰਦਰ ਮੋਦੀ ਸਾਹਿਬ ਹਮਾਰੇ ਆਨੇਬਲ ਪ੍ਰਾਈਮ ਮਿਨਿਸਟਰ ਕੀ ਸ਼ਖਸੀਅਤ, ਉਨਕੀ ਆਨੈਸਟੀ, ਉਨਕੀ ਕਮਿਟਮੈਂਟ, ਉਨਕਾ ਵਿਜ਼ਨ, ਉਨਕਾ ਮਿਹਨਤ ਕਸ਼ ਹੋਣਾ, ਔਰ ਇੱਕ ਸਧਾਰਨ ਪਰਿਵਾਰ ਸੇ ਉੱਠ ਕੇ ਇਸ ਅਹੁਦੇ ਪੇ ਬੈਠ ਕੇ 18-18-20 ਘੰਟੇ ਕਾਮ ਕਰਨਾ, ਔਰ 5 ਸਾਲ ਮੇਂ ਯਾਰ ਇੱਕ ਵੀ ਛੁੱਟੀ ਨਹੀਂ ਕਰਨੀ, ਐਸਾ ਬੰਦੇ ਕਹਾਂ ਪੈਦਾ ਹੋਤੇ ਹੈ। ਬਹੁਤ ਗਾਣੇ ਬਣਾਏ ਮੈਨੇ, ਦਿਲ ਮੋਦੀ ਮੋਦੀ ਬੋਲਦਾ, ਮੋਦੀ ਮੋਦੀ ਮੋਦੀ, ਦਿਲ ਮੋਦੀ ਮੋਦੀ ਬੋਲਦਾ, ਹਿੰਦੁਸਤਾਨ ਮੇਂ ਸ਼ੋਰ, ਦਿਲ ਮਾਂਗੇ ਮੋਦੀ ਮੋਰ, ਅਬ ਮੈਂ ਇਸਸੇ ਜ਼ਿਆਦਾ ਕਿਆ ਕਹੂੰ, ਇਸਸੇ ਜ਼ਿਆਦਾ ਕਿਆ ਕਹੂੰ, ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ, ਹੋਵੇ ਮੋਦੀ ਜੀ ਦੀ ਉਮਰ ਲਮੇਰੀ, ਦੁਆ ਨਾ ਕੋਈ ਹੋਰ ਆ ਜਾ ਰੇ। ਹਿੰਦੁਸਤਾਨ ਕੀ ਜਨਤਾ ਪਤਾ ਕਿਆ ਕਹਿ ਰਹੀ ਹੈ ਅੱਜ ਕੱਲ੍ਹ, ਪਤਾ ਕਿਆ ਕਹਿ ਰਹੀ ਜਨਤਾ, ਐਕਸਾਈਟਡ ਹੈ, ਕਹਿ ਰਹੀ ਹੈ 23 ਮਈ ਕੇ ਬਾਅਦ, ਆ ਜਾ ਰੇ ਮੋਦੀ ਤੇਰਾ ਰਸਤਾ ਉਡੀਕਦਿਆਂ, ਆ ਜਾ ਰੇ ਮੋਦੀ ਤੇਰਾ ਰਸਤਾ, ਬੇਟੀ ਕੋ ਪੜ੍ਹਾਨੇ ਵਾਲੇ, ਬੇਟੀ ਕੋ ਬਚਾਨੇ ਵਾਲੇ, ਬੇਟੀ ਕੋ ਪੜ੍ਹਾਨੇ ਵਾਲੇ, ਬੇਟੀ ਕੋ ਬਚਾਨੇ ਵਾਲੇ, ਬੇਟੀ ਕੋ ਬਿਆਨੇ ਵਾਲੇ, ਸਭ ਕਾ ਸਾਥ ਸਭ ਕਾ ਵਿਕਾਸ ਕਰਾਨੇ ਵਾਲੇ, ਆ ਜਾ ਆ ਜਾ ਆ ਜਾ ਆ ਜਾ ਆ ਜਾ ਰੇ ਮੋਦੀ ਤੇਰਾ ਰਸਤਾ ਉਡੀ। ਔਰ ਅਭੀ ਮੈਂ ਪ੍ਰਚਾਰ ਮੇਂ ਹੰਸ ਜੀ ਕੇ ਸਾਥ ਲਗਾਤਾਰ ਲਗਾ ਹੁਆ ਹੂੰ, ਔਰ ਵੋ ਜ਼ਾਹਿਰ ਹੈ ਬੀਜੇਪੀ ਕਾ ਪ੍ਰਚਾਰ ਹੈ, ਔਰ ਕਿਉਂਕਿ ਮੁਝੇ ਪ੍ਰਾਥਮਿਕਤਾ ਜੋ ਹੈ ਵੋ ਹਮਾਰੇ ਜੈਸੇ ਮੋਦੀ ਜੀ ਫਕੀਰ ਹੈ, ਐਸੇ ਹੰਸਾ ਹੰਸ ਜੀ ਬਿਲਕੁਲ ਫਕੀਰ ਹੈ। ਗੁਰਦਾਸਪੁਰ ਵੀ ਅੱਜ ਸੁਨੀਲ ਜੀ ਦੇ ਨਾਲ ਮੈਂ ਜਾ ਕੇ ਇਹਨਾਂ ਦੇ ਕਾਗਜ਼ ਇਹਨਾਂ ਨੇ ਭਰੇ ਨੇ, ਅਤੇ ਵਾਹਿਗੁਰੂ ਦੀ ਕਿਰਪਾ ਹੋਣੀ ਹੈ, ਹੁਣ ਬਹੁਤ ਅੱਛਾ ਚੱਲ ਰਿਹਾ ਕੰਮ ਸਾਰੇ ਕਿਤੇ ਪੰਜਾਬ ਤੋਂ। ਮੈਂ ਤੁਹਾਨੂੰ ਦੱਸਦਾ ਕਿ ਤਕਰੀਬਨ ਪੰਜਾਬ ਸਾਰੇ 'ਚ ਮੈਂ ਘੁੰਮਿਆ ਹੈ, ਔਰ ਬੜਾ ਉਹ ਯਾਰ ਸਨੀ ਦਿਓਲ ਕੀ ਚੀਜ਼ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਤੁਸੀਂ ਸਨੀ ਦਿਓਲ ਕਹੀ ਜਾਂਦੇ ਹੋ। ਫੈਕਟ ਇਜ਼ ਕਿ ਪੰਜਾਬ 'ਚ ਮਾਹੌਲ ਵਧੀਆ ਹੈ, ਔਰ ਅੱਜ ਜੋ ਮਾਹੌਲ ਬਣਿਆ ਹੋਇਆ ਇਹਦੇ 'ਚ 1% 13 ਸੀਟਾਂ ਆਉਣਗੀਆਂ ਆਪਣੀਆਂ। ਹੁਣ ਪੁੱਛੋ ਸਨੀ ਦਿਓਲ ਕੀ ਚੀਜ਼ ਹੈ ਮੈਨੂੰ ਪਹਿਲਾਂ ਸਮਝਾਓ ਤੁਸੀਂ। 61 ਸਾਲ ਦਾ ਇੱਕ ਐਕਟਰ ਹੈ ਜਿਹਦੀ ਕਰੀਅਰ ਖਤਮ ਹੋ ਗਈ, ਪਰ ਰਹਿੰਦਾ ਉੱਥੇ, ਜੰਮਿਆ ਵੀ ਬੰਬਈ, ਉੱਥੇ ਰਹਿਣਾ ਵੀ ਬੰਬਈ ਇਹਨੇ, ਔਰ ਇੱਕ ਉਹਰੇ ਮੂੰਹ ਦਿਖਾ ਜੂਗਾ ਔਰ ਫਿਰ ਪਾਰ ਜਾਊਗਾ। ਅਤੇ ਤੁਸੀਂ ਇਹੋ ਜਿਹਾ ਕੋਈ ਕੈਂਡੀਡੇਟ ਕੋਈ ਚਾਹੁੰਦੇ ਨੇ ਗੁਰਦਾਸਪੁਰ ਵਾਲੇ, ਫਿਰ ਉਹਨਾਂ ਨੂੰ ਸੋਚਣਾ ਪਊ। ਲੇਕਿਨ ਦੇਖੋ ਸਨੀ ਦਿਓਲ ਜੀ ਜੇ ਤੁਸੀਂ ਗੱਲ ਕਰੀ ਜਾਂਦੇ ਹੋ ਤਾਂ ਮੈਂ ਸਮਝਦਾ ਸਨੀ ਦਿਓਲ ਜੀ ਫਿਲਮਾਂ ਦੇ ਅਭਿਨੇਤਾ ਹੈ, ਉਹ ਚਲੋ ਛੋਟੇ ਅਭਿਨੇਤਾ ਸਮਝ ਲਓ, ਦੇਸ਼ 5 ਸਾਲਾਂ ਤੋਂ ਬਹੁਤ ਵੱਡੇ ਇੱਕ ਅਭਿਨੇਤਾ ਨਾਲ ਸਾਡਾ ਵਾਹ ਪਿਆ। ਮੇਰਾ ਮੰਨਣਾ ਹੈ ਕਿ ਜਿਸ ਹਿਸਾਬ ਨਾਲ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 5 ਸਾਲ ਜੋ ਕੁਛ ਕੀਤਾ ਅਤੇ ਹੁਣ ਜੋ ਕੁਛ ਕਰ ਰਹੇ ਹੈ, ਉਹ ਨੇਤਾ ਘੱਟ ਅਤੇ ਅਭਿਨੇਤਾ ਜ਼ਿਆਦਾ ਹੈ। ਲੋਕਾਂ ਨੇ ਕੰਮ ਵਾਸਤੇ ਉਹਨਾਂ ਨੂੰ ਨੇਤਾ ਚੁਣਿਆ ਸੀ, ਹਿੰਦੁਸਤਾਨ ਦੇ ਲੋਕਾਂ ਨੇ ਮੌਕਾ ਦਿੱਤਾ ਸੀ, ਉਹਨਾਂ ਨੇ ਸਿਰਫ ਡਾਇਲੋਗ ਡਿਲੀਵਰੀ, ਅਤੇ ਆ ਜਿਹੜੇ ਹੁਣ ਅਕਸ਼ੈ ਕੁਮਾਰ ਤੋਂ ਇੰਟਰਵਿਊਆਂ ਕਰਵਾ ਕੇ ਕਿਸਾਨਾਂ ਦੀ ਗੱਲ ਕਰਦੇ ਵੀ ਕਿਸਾਨੋਂ ਕਾ ਮੈਨੇ ਆਮ ਖਾਇਆ ਔਰ ਕਿਸਾਨ ਪੈਸੇ ਨਹੀਂ ਲਿੱਤਾ। ਮੈਂ ਮੋਦੀ ਸਾਹਿਬ ਨੂੰ ਆਪ ਕਰਦਾ, ਤੁਸੀਂ ਫਿਲਮੀ ਐਕ ਤੋਂ ਸਾਰਾ ਦੇਖੋ, ਮੋਦੀ ਸਾਹਿਬ ਦਾ ਸਾਰਾ ਕੰਮ ਫਿਲਮੀ ਹੋ ਚੁੱਕਿਆ, ਫਿਲਮੀ ਕਲਾਕਾਰਾਂ ਨਾਲ ਬੈਠ ਕੇ ਇੰਟਰਵਿਊ ਕਰਦੇ, ਕਿਸੇ ਕਿਸਾਨ ਤੋਂ ਕਿਉਂ ਨਹੀਂ ਇੰਟਰਵਿਊ ਕਰਵਾਉਂਦੇ? ਜੇ ਕਿਸਾਨ ਨਾਲ ਕਿਸਾਨ ਤਾਂ ਅੜਿੱਕੀ ਜਾਂਦਾ ਵੀ ਕਿਤੇ ਟੱਕਰੇ ਦਾ ਹਾਲ ਸੁਣਾਵਾਂ,
ਤੇ ਆ ਕੇ ਉਹਨਾਂ ਨੂੰ ਗੱਲ ਕਰੀਏ, ਪੁੱਛੀਏ। ਉਹ ਚੂਪਦੇ ਹੋ ਤੁਸੀਂ, ਆਮ ਚੂਪਦੇ ਹੋ ਕਿਤੇ ਕਿਸਾਨ ਦੇ ਗੰਨੇ ਵਾਲੀ ਪੋਰੀ ਤਾਂ ਚੂਪ ਕੇ ਦੇਖੋ। ਮੂਵੀਜ਼ 'ਚ ਖਤਮ ਕਰਦਾ ਹੋਣਾ, ਮੂਵੀਜ਼ ਦਾ ਸਵਾਲ ਆਊਗਾ 40 ਪੁਲਵਾਮਾ ਦੇ ਅੰਦਰ ਸ਼ਹੀਦ ਕਦੋਂ ਹੋਏ, ਮੋਦੀ ਸਾਹਿਬ ਦੀ ਸਰਕਾਰ ਦੀ ਨਲਾਇਕੀਆਂ ਕਰਕੇ 40 ਸਾਡੇ ਜਵਾਨ ਸ਼ਹੀਦ ਹੋਏ, ਇਹ ਕਹਿੰਦੇ ਅਸੀਂ ਆਤੰਕਵਾਦ ਖਤਮ ਕਰਤਾ। ਫਿਲਮਾਂ 'ਚ ਖਤਮ ਕਰਤਾ ਹੋਣਾ, ਉਹਨਾਂ ਸ਼ਹੀਦਾਂ ਨੂੰ ਪੁੱਛੋ, ਜਾ ਕੇ ਉੱਥੋਂ ਦੀਨਾਨਗਰ ਦੇ ਮਨਿੰਦਰ ਸਿੰਘ ਜਿਹੜਾ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ ਜਾ ਕੇ ਪੁੱਛੋ ਵੀ ਫਿਲਮਾਂ ਦੇਖਣੀਆਂ ਹੈਗਾ, ਜੋ ਉਹਨਾਂ ਦਾ ਦਰਦ ਆ ਉਸ 'ਚ ਪਤਾ ਲੱਗ। ਕੈਪਟਨ ਸਾਹਿਬ ਨੇ ਆਪਣੀ ਹਾਰ ਮੰਨ ਲਈ ਹੈ। ਬੰਦਾ ਉਹ ਆਪਣੇ ਵਰਕਰਾਂ ਨੂੰ ਧਮਕਾਉਂਦਾ ਜਿਹੜਾ ਡਰ ਪੈ ਜਾਵੇ ਜੀ ਨੂੰ। ਕੈਪਟਨ ਸਾਹਿਬ ਨੂੰ ਡਰ ਪੈ ਗਿਆ ਕਿ ਉਹਨਾਂ ਦੇ ਵਰਕਰ, ਉਹਨਾਂ ਦੇ MLA, ਉਹਨਾਂ ਦੇ ਮੰਤਰੀ ਆਪਣੇ ਆਪਣੇ ਹਲਕਿਆਂ ਤੋਂ ਹਾਰ ਰਹੇ ਹੈ, ਸੋ ਕੈਪਟਨ ਸਾਹਿਬ ਧਮਕਾਉਣ ਲੱਗ ਗਏ ਹੈ। ਮੈਂ ਕੈਪਟਨ ਸਾਹਿਬ ਨੂੰ ਆਹੀ ਬੇਨਤੀ ਕਰਦਾ ਕਿ ਜੋ ਜ਼ਬਾਨ ਕੀਤੀ ਹੈ, ਪਰ ਤੁਸੀਂ ਜ਼ਬਾਨ ਦੇ ਪੱਕੇ ਤੋਂ ਹੈ ਨਹੀਂ। ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਸਕਦੇ ਆ ਅਤੇ ਆਪਣੀ ਜ਼ਬਾਨ ਦੇ ਪੱਕੇ ਰਹਿਣ, ਕਿਉਂਕਿ ਤੁਹਾਨੂੰ ਵੀ ਆਪਣੀ ਮੁੱਖ ਮੰਤਰੀ ਛੱਡਣੀ ਪੈਣੀ ਹੈ। ਪਟਿਆਲਾ ਹਲਕੇ ਤੋਂ ਉਹਨਾਂ ਦੀ ਧਰਮ ਪਤਨੀ ਹਾਰ ਰਹੀ ਹੈ। ਇਹ ਜ਼ਮਾਨਤ 'ਤੇ ਹੁਣ ਸੁਖਬੀਰ ਨੂੰ ਦੱਸਾਂਗੇ ਕਿ ਸੁਖਬੀਰ ਦੀ ਹੁੰਦੀ ਹੈ ਕਿ ਜਾਖੜ ਸਾਹਿਬ ਦੀ ਹੁੰਦੀ ਹੈ, ਇਹ ਮੈਦਾਨੇ ਜੰਗ 'ਚ ਦੱਸਾਂਗੇ। ਅਸੀਂ ਪੂਰੇ ਕੌਨਫੀਡੈਂਸ ਦੇ ਨਾਲ, ਮੈਂ ਤੁਹਾਨੂੰ ਇੱਥੇ ਗੁਰੂ ਮਹਾਰਾਜ ਤੋਂ ਡਰ ਕੇ ਕਹਿੰਦਾ ਕਿ ਅਸੀਂ ਗੁਰਦਾਸਪੁਰ ਦੀ ਸੀਟ ਜਿੱਤ ਕੇ ਆਵਾਂਗੇ ਔਰ ਵਾਹਿਗੁਰੂ ਸਾਡੇ 'ਤੇ ਕਿਰਪਾ ਕਰੇਗਾ। ਹਮਾਰੇ ਲਈ ਕੋਈ ਵੀ ਚੁਣੌਤੀ ਨਹੀਂ ਹੈ, ਹਮਾਰੇ ਲਈ ਪੰਜਾਬ ਮੇਂ ਆ ਕਰਕੇ ਮੋਦੀ ਵੀ ਲੜੇ, ਫਿਰ ਵੀ ਹਮਾਰੇ ਲਈ ਚੁਣੌਤੀ ਨਹੀਂ ਹੈ। ਯਹਾਂ ਲੋਕ ਮੋਦੀ ਕੋ ਨਹੀਂ, ਕੈਪਟਨ ਅਮਰਿੰਦਰ ਸਿੰਘ ਕੋ ਜਾਣਦੇ। ਦੇਖੋ ਬੜਾ ਸਪਸ਼ਟ ਆ, ਜਿਹੜੇ ਲੋਕ ਆਮ ਆਦਮੀ ਪਾਰਟੀ ਟਿਕਟ ਜਿੱਤੇ ਸੀਗੇ, ਪੰਜਾਬੀਆਂ ਨੂੰ 'ਚ ਵਿਸ਼ਵਾਸ ਪ੍ਰਗਟ ਕੀਤਾ ਸੀਗਾ, ਉਹ ਹੁਣ ਜਿਹੜਾ ਹੈਗਾ ਆਪਣੇ ਲਾਲਚ ਖਾਤਰ, ਪੈਸੇ ਖਾਤਰ ਜਿਹੜਾ ਹੈਗਾ ਆਪਣੇ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਨੇ। ਉਹਨਾਂ ਲਾਲਚ ਸਪਸ਼ਟ ਦੇ ਰਿਹਾ ਹੈਗਾ, ਲੋਕ ਜਿਹੜੇ ਹੈਗੇ ਉਹਨੂੰ ਸਬਕ ਸਿਖਾਉਣਗੇ। ਔਰ ਆਮ ਆਦਮੀ ਪਾਰਟੀ ਦਾ ਅੱਜ ਵੀ ਵਲੰਟੀਅਰ ਵੀ ਖੜੇ ਨੇ, ਲੋਕ ਵੀ ਖੜੇ ਨੇਗੇ, ਔਰ ਜਦੋਂ ਵੀ ਉਹ ਲੋਕ ਦੁਬਾਰਾ ਬਾਈ ਇਲੈਕਸ਼ਨ 'ਚ ਆਉਣਗੇ, ਲੋਕ ਉਹਨਾਂ ਦੀ ਸੀਟਾਂ ਤੋਂ ਹਰਾਉਣਗੇ, ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਆ, ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਾ, ਪੰਜਾਬ ਦੇ ਲੋਕਾਂ ਨੇ ਤੀਜਾ ਬਦਲ ਉਸਾਰਿਆ ਸੀ, ਉਹਨੂੰ ਤੋੜਨ ਦੀ ਕੋਸ਼ਿਸ਼ ਇਹ ਪਹਿਲਾਂ ਵੀ ਲੱਗੇ ਹੋਏ ਦੀ ਜਿਹੜਾ ਖਹਿਰਾ ਗਾ, ਇਹਨੇ ਆਪਦਾ ਗਰੁੱਪ ਬਣਾ ਕੇ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੇਕਿਨ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਅੱਜ ਵੀ ਪਿਆਰ ਕਰਦੇ ਨੇ, ਪੰਜਾਬ ਦੇ ਲੋਕ ਅੱਜ ਵੀ ਅਰਵਿੰਦ ਕੇਜਰੀਵਾਲ ਨਾਲ ਖੜੇ ਨੇਗੇ ਔਰ ਖੜੇ ਰਹਿਣਗੇ। ਅਰੇ ਆਮ ਆਦਮੀ ਪਾਰਟੀ ਸੇ ਜੀਤੇ ਹੋਏ ਹੈ ਨਾਜਰ ਸਿੰਘ ਮਾਨਸ਼ਾਹੀਆ, ਉਹ ਕਿਸੇ ਔਰ ਪਾਰਟੀ ਸੇ ਨਹੀਂ ਜੀਤੇ, ਤੋ ਫਿਰ ਕਿਆ ਹੁਆ। ਅਰੇ ਦੁਨੀਆ ਸੇ ਚਲੇ ਜਾਤੇ ਹੈ ਲੋਕ, ਉਸਕੇ ਜਾਣੇ ਬਾਅਦ ਕਿਆ ਦੁਨੀਆ ਰੁਕ ਜਾਤੀ ਹੈ। ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਮੇਂ ਚਲੇ ਗਏ, ਉਹ ਕਾਲਾ ਢਿੱਲੋ ਹੈ, ਉਹ ਕਾਂਗਰਸ ਮੇਂ ਚਲਾ ਗਿਆ, ਇਸਕਾ ਕਿਆ ਮਤਲਬ, ਇਹ ਸਾਰੇ ਬੰਦੇ ਕਾਂਗਰਸੀ ਹੋ ਜਾਏਂਗੇ। ਨਾਜਰ ਸਿੰਘ ਮਾਨਸ਼ਾਹੀਆ ਪੰਜਾਬ ਨਹੀਂ ਹੈ, ਪੰਜਾਬ ਕੇ ਦਮ ਪਰ ਨਾਜਰ ਸਿੰਘ ਮਾਨਸ਼ਾਹੀਆ, ਉਨਕੋ ਜਹਾਂ ਵੋ ਗਏ ਹੈ, ਭਗਵਾਨ ਉਨਕੋ ਸਦਬੁੱਧੀ ਦੇ, ਸ਼ਾਇਦ ਅਗਰ ਉਨਕੋ ਲਗਤਾ ਹੈ ਪੰਜਾਬ ਮੇਂ ਸੇ ਚਿੱਟਾ ਖਤਮ ਹੋ ਗਿਆ, ਤੋ ਉਨਕਾ ਜਾਣਾ ਜਾਇਜ਼ ਹੈ। ਅਗਰ ਗੁਟਕਾ ਸਾਹਿਬ ਕੀ ਕਸਮ ਖਾ ਕੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਹਾ ਥਾ ਕਿ ਮੈਂ 4 ਹਫ਼ਤੇ ਮੈਂ ਨਸ਼ਾ ਬੰਦ ਕਰ ਦੂੰਗਾ, ਉਹਨੇ ਕਹਾ ਥਾ ਮੈਂ ਕਿਸਾਨੋ ਕਾ ਕਰਜ਼ਾ ਮਾਫ ਕਰ ਦੂੰਗਾ, ਅਗਰ ਤੋ ਕਿਸਾਨੋ ਕਾ ਕਰਜ਼ਾ ਮਾਫ ਹੋ ਗਿਆ ਤੋ ਨਾਜਰ ਸਿੰਘ ਮਾਨਸ਼ਾਹੀਆ ਕੋ ਮੁਬਾਰਕਬਾਦ। ਤੁਸੀਂ ਮੈਨੂੰ ਦੇਖਿਆ, 5 ਸਾਲ ਮੈਂ ਤੁਹਾਡੇ ਲਈ ਕੰਮ ਕੀਤਾ, ਉਹ ਤੋਂ ਬਾਅਦ ਮੇਰਾ ਏਜੰਡਾ ਕੀ ਹੋਊਗਾ, ਤੁਹਾਡੀ ਸੇਵਾ ਕਰਾਂਗੇ, ਮੋਦੀ ਤੋਂ ਜੰਗ ਨਹੀਂ ਲੱਗਣ ਦੇਵਾਂਗੇ, ਮੋਦੀ ਦੇ ਇਕਰਾਰ ਜਿਹੜੇ 2 ਕਰੋੜ ਨੌਕਰੀਆਂ ਦੇਣੀਆਂ ਸੀ ਉਹ ਲਾਗੂ ਕਰਾਂਗੇ, ਜਿਹੜੇ ਮੋਦੀ ਨੇ ਕਿਹਾ ਸੀ ਕਿ 15 ਲੱਖ ਹਰੇਕ ਗਰੀਬ ਦੇ ਬੈਂਕ ਪੈਸੇ ਪਾਵਾਂਗੇ, ਉਹ ਕਰਾਂਗੇ। ਸਮੇਂ ਦੀ ਹਕੂਮਤ ਅੱਖਾਂ 'ਤੇ ਪੱਟੀ ਬੰਨ ਕੇ ਬੈਠੀ ਹੈ, ਅਤੇ ਕੱਲ੍ਹ ਬਹੁਤ ਵੱਡੇ ਜਾਮ ਲੱਗੇ, ਡਿਸਟਰਬ ਕੀਤਾ ਟ੍ਰੈਫਿਕ ਨੂੰ, ਅਸੀਂ ਡਿਸਟਰਬ ਨਹੀਂ ਕੀਤਾ, ਅਸੀਂ ਕਾਗਜ਼ ਭਰਨ ਆਏ ਹਾਂ, ਆਪਣੀਆਂ ਗੱਡੀਆਂ ਭਾਰਤ ਨਗਰ ਚੌਂਕ ਦੇ ਨੇੜੇ ਖੜੀਆਂ ਕਰਕੇ ਆਏ ਹਾਂ, ਨਾਲ ਕੌਣ ਆਏ ਆ, ਉਹ ਜਿਹੜਾ ਚਿੱਟਾ ਪੰਜਾਬ ਦੇ ਵਿੱਚ 4 ਹਫ਼ਤਿਆਂ 'ਚ ਖਤਮ ਕਰਨਾ ਸੀ,
ਉਹ ਮਤਾਵਾਂ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਦੈਂਤ ਨੇ ਨਿਕਲੇ ਆਪਣੇ ਜਵਾਨ ਪੁੱਤਾਂ ਦੀਆਂ ਫੋਟੋਆਂ ਲੈ ਕੇ ਨਾਲ ਆਈਆਂ ਨੇ। ਉਹ ਕਿਸਾਨ ਜਿਹੜਾ ਕਰਜ਼ਾ ਮੁਕਤ ਕਰਨਾ ਸੀ, ਕਰਜ਼ਾ ਮਾਫ਼ੀ ਦੇਖਦੇ ਦੇਖਦੇ ਸਲਫਾਸ ਖਾ ਕੇ ਉਹ ਪੀੜਤ ਪਤਨੀ ਮਾਂ ਅਤੇ ਭੈਣ ਕਿਸਾਨ ਆਤਮ ਹੱਤਿਆ ਵਾਲੇ ਦੀ ਫੋਟੋ ਨਾਲ ਲੈ ਕੇ ਆਈ ਹੈ। ਉਹ ਨੌਜਵਾਨ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਦੇਣੀਆਂ ਸੀ, ਹੱਥਾਂ ਦੇ ਵਿੱਚ ਡਿਗਰੀਆਂ ਅਤੇ ਡਿਪਲੋਮੇ ਫੜ ਕੇ ਮੇਰੇ ਨਾਲ ਆਏ ਆ। ਚਲੋ ਇਹ ਬੜਾ ਪੀਸਫੁੱਲ ਮਾਹੌਲ ਚਾਹੀਦਾ, ਲੋਕਾਂ ਦਾ ਮਨ ਬਣਿਆ ਹੋਇਆ ਵੀ ਵੋਟ ਕਿਹਨੂੰ ਪਾਉਣੀ ਹੈ। ਇਹਦੀ ਪੋਜੀਸ਼ਨ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਕਿਉਂਕਿ ਮੈਥੋਂ ਜ਼ਿਆਦਾ ਫਿਰਦੇ ਹੋ। ਲੋਕ ਮਨ ਬਣਾਈ ਬੈਠੇ ਆ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ, ਅਤੇ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਮੋਦੀ ਸਾਹਿਬ ਦੀ ਮਾਲਾ ਵਿੱਚ ਆਪਣਾ ਮਣਕਾ ਵੀ ਪਾਉਣਾ ਚਾਹੁੰਦੇ ਆ। ਚਲੋ ਉਹਨਾਂ ਨੂੰ ਤਾਂ ਕਹਿਣ ਨੂੰ ਤਾਂ 13 ਮਿਸ਼ਨ 13 ਵੀ ਕਹਿੰਦੇ ਆ, ਪਰ ਉਹਨਾਂ ਦਾ ਮਿਸ਼ਨ 13 ਮੀਨਸ ਦੈਟ ਦੇ ਵਿਲ ਬੀ ਲੂਜ਼ਿੰਗ ਆਲ ਦੀ 13 ਸੀਟਸ। ਦੇਖੋ ਜੀ, ਹਜੇ ਤੱਕ ਜੇ ਬੀ ਫਰੈਂਕ ਗੱਲ ਕਰੀਏ ਤਾਂ ਲੋਕੀ ਅੱਕੇ ਤਾਂ ਹੋਏ ਆ ਕਾਂਗਰਸ ਤੋਂ ਵੀ, ਕਿਉਂਕਿ 2.5 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਵਾ, ਦੋ ਸਾਲ ਦਾ ਸਾਲ ਡੇਢ ਸਾਲ ਦਾ ਹੀ ਹੋਰ ਲੰਘ ਗਿਆ ਤਾਂ ਬੰਦਾ ਸਾਲ ਤਾਂ ਉੱਦਾਂ ਲੰਘ ਜਾਂਦਾ ਵਾ ਕਿ ਐਂਡ 'ਚ ਜਾ ਕੇ ਤਾਂ ਬਸ ਕੁਛ ਪੈਸੇ ਵੈਸੇ ਵੇਸਟ ਕਰਨੇ ਹੁੰਦੇ, ਜਿਵੇਂ ਅਕਾਲੀ ਕਰਕੇ ਗਏ ਆ 30,000 ਕਰੋੜ ਐਂਡ 'ਚ ਬਿਲਕੁਲ ਵੇਸਟ ਕਰਕੇ ਗਏ ਆ, ਕਿਤੇ ਉਹ ਲੱਗੇ ਨਹੀਂ ਪੈਸੇ। ਅਤੇ ਇਸੇ ਤਰ੍ਹਾਂ ਜੇ ਦੇਖੀਏ ਕਿ ਸਮਾਂ ਤਾਂ ਸਰਕਾਰ ਦਾ ਅੱਧਾ ਲੰਘ ਗਿਆ ਵਾ, ਵਾਅਦੇ ਉਹਨਾਂ ਨੇ 5-7% ਪੂਰੇ ਕੀਤੇ ਹੋਣੇ, ਬਿਲਕੁਲ ਮਸਾਂ। ਜਿਹੜੀ ਕੰਪਲੇਂਟਸ ਹੈ ਜੀ ਭਗਵੰਤ ਮਾਨ ਦੇ ਅਗੇਂਸਟ, ਜਿਹੜੀ ਬੇਸਿਕ ਦਾ ਕੰਟੈਂਟ ਹੈਗਾ ਕਿ ਜੋ ਇਹਨਾਂ ਨੇ ਆਪਣਾ ਖਰਚਾ ਕੀਤਾ ਸੀ ਇਲੈਕਸ਼ਨਸ ਦੇ ਵਿੱਚ, ਉਹ ਜਿਹੜਾ ਖਰਚਾ ਹੈਗਾ ਉਹ ਇਹਨਾਂ ਨੇ ਆਪਣਾ ਰਿਫਲੈਕਟ ਕਰਨਾ ਸੀਗਾ, ਲਿਖਣਾ ਸੀਗਾ ਇਲੈਕਸ਼ਨ ਐਕਸਪੈਂਡੀਚਰ ਰਜਿਸਟਰ ਦੇ ਵਿੱਚ। ਉਹ ਰਜਿਸਟਰ ਦੇ ਵਿੱਚ ਜਦੋਂ ਨਾ ਅਸੀਂ ਲਿਖਦੇ ਹਾਂ ਤਾਂ ਇੰਸਪੈਕਸ਼ਨ ਹੁੰਦੀ ਹੈ, ਜਿਹੜਾ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਇਲੈਕਸ਼ਨ ਅਬਜ਼ਰਵਰ ਹੁੰਦੇ ਆ, ਐਕਸਪੈਂਡੀਚਰ ਅਬਜ਼ਰਵਰ ਹੁੰਦੇ ਆ, ਉਹਦੀ ਇੰਸਪੈਕਸ਼ਨ ਕਰਦੇ ਆ। ਇੰਸਪੈਕਸ਼ਨ ਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਕੀਤਾ ਗਿਆ 2014 ਦੀ ਇਹਨਾਂ ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿ ਮਾਣਯੋਗ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਇਹ ਨਹੀਂ ਮੇਨਟੇਨ ਕਰਦੇ ਪਏ। ਕੁਛ ਜਿਹੜੇ ਕੋਲਮ ਸੀ ਫਿਲ ਕਰਨੇ ਸੀ ਉਹਨਾਂ ਨੇ ਖਾਲੀ ਛੱਡਤੇ। ਔਰ ਜਿਹੜੀ ਮੈਂ ਮੇਨ ਚੀਜ਼ ਅਸੀਂ ਜਿਹੜੀ ਧਿਆਨ 'ਚ ਲਿਆਉਂਦੀ ਹੈ ਇਲੈਕਸ਼ਨ ਕਮਿਸ਼ਨ ਦੇ ਅਤੇ ਇੱਥੋਂ ਦੇ ਡਿਸਟ੍ਰਿਕਟ ਇਲੈਕਸ਼ਨ ਆਫਿਸਰਸ ਦੇ, ਉਹ ਅਸੀਂ ਇਹ ਧਿਆਨ 'ਚ ਲਿਆਉਂਦੀ ਹੈ ਕਿ ਇਹਨਾਂ ਦਾ ਡੀਬਾਰ ਕੀਤਾ ਜਾਣਾ ਬਣਦਾ, ਔਰ ਜੇ ਆਪਣੇ ਨੋਮੀਨੇਸ਼ਨ ਫਾਈਲ ਕਰਦੇ ਆ ਤਾਂ ਉਹ ਰਿਜੈਕਟ ਕੀਤੀ ਜਾਣੀ ਬਣਦੀ। ਉਹ ਗਰਾਊਂਡਸ ਕੀ ਆ? ਉਹ ਗਰਾਊਂਡਸ ਇਹ ਸੀ ਕਿ ਜਿਹੜਾ ਇਹਨਾਂ ਨੇ ਲਾਸਟ ਟਾਈਮ ਜੋ ਖਰਚਾ ਕੀਤਾ ਜੀ, ਉਹ ਇਹਨਾਂ ਨੇ ਆਪਣੇ ਇਲੈਕਸ਼ਨ ਐਕਸਪੈਂਡੀਚਰ ਅਕਾਊਂਟ 'ਚ ਵਿਡਰਾ ਕਰਨਾ ਸੀ, ਜਿਹਦੇ 'ਚੋਂ ਇਹਨਾਂ ਨੇ 1 ਰੁਪਈਆ ਵਿਡਰਾ ਨਹੀਂ ਕੀਤਾ, ਔਰ ਇਹਨਾਂ ਨੂੰ ਬਾਰ ਬਾਰ ਉਸ ਚੀਜ਼ ਤੋਂ ਮਨ੍ਹਾ ਕੀਤਾ ਗਿਆ ਕਿ ਜਿਹੜਾ ਤੁਸੀਂ ਖਰਚਾ ਹੈਗਾ ਉਹ ਵਿਡਰਾ ਨਹੀਂ ਕਰ ਰਹੇ, ਕੈਸ਼ ਆਪਣੇ ਅਕਾਊਂਟ 'ਚ ਵਿਡਰਾ ਨਹੀਂ ਕਰ ਰਹੇ, ਤਾਂ ਖਰਚਾ ਕਿੱਥੋਂ ਕਰ ਰਹੇ ਹੋ? ਕਿਰਨ ਖੇਰ ਜੀ ਕੀ ਤੋਂ ਸਟੇਟਮੈਂਟ ਇਹ ਲੱਗੀ ਹੈ ਕਿ ਮੈਂ ਆਪਣੇ ਪਤੀ ਕੋ ਕਹੂੰਗੀ ਕਿ ਉਹ ਸੰਜੇ ਟੰਡਨ ਜੀ ਕੋ ਰਾਜ ਸਭਾ ਦਿਲਾ ਦੇ, ਔਰ ਪਤੀ ਦੇਵ ਕਹਿ ਰਹੇ ਹੈ ਕਿ ਮੈਂ ਆਪਣੇ ਬੇਟੇ ਕੋ ਰੋਲ ਹੀ ਨਹੀਂ ਦਿਲਵਾ ਪਾਇਆ, ਉਨਕੋ ਮੈਂ ਟਿਕਟ ਕਹਾਂ ਸੇ ਦਿਲਵਾਇਆ ਹੋਗਾ। ਦੇਖੀਏ, ਜਬ ਲੋਗੋਂ ਕਾ ਮੂਡ ਬਦਲਤਾ ਹੈ ਨਾ, ਫਿਰ ਕੋਈ ਕੁਛ ਨਹੀਂ। ਮੋਦੀ ਜੀ ਕੇ ਵੀ ਖਿਲਾਫ਼ ਅਗਰ ਲੋਕ ਹੋ ਗਏ ਹੈ, ਉਹ ਇਸੀ ਕਾਰਨ ਹੋਏ ਕਿ ਉਹਨਾਂ ਨੇ ਸਮਝਾ ਥਾ ਕਿ ਜਬ ਆਸਮਾਨ ਜਬ ਉਹ ਪੈਦਾ ਹੋਏ ਥੇ, ਜਬ ਪ੍ਰਧਾਨ ਮੰਤਰੀ ਬਣੇ ਥੇ, ਤੋ ਆਸਮਾਨ ਸੇ ਫੂਲ ਬਰਸੇ ਥੇ। ਐਸਾ ਲੋਕਤੰਤਰ ਮੇਂ ਕੋਈ ਸੋਚ ਲੇ ਤੋ ਕਾਮ ਖਰਾਬ ਹੋ ਜਾਤਾ ਹੈ।